ਭਾਈ ਜਿਵੇਂ ਆਹਾ ਆ ਹੁਣ ਆਪਾਂ ਇਹ ਨੂੰ ਕਹਿ ਦਈਏ ਕਿ ਆਪਾਂ ਸਰੈਮਿਕ ਕੋਟ ਦੀ ਰਿਪੇਅਰ ਕੀਤੀ ਹੁਣ ਇਹਦੀ ਲਾਈਫ ਕਿੰਨੀ ਆ ਹੁਣ ਇਹਦੀ ਲਾਈਫ ਆਪਾਂ ਫਿਰ ਉਹੀ ਕੋਟ ਦੁਆਰਾ ਯੂਜ਼ ਕੀਤੇ ਆ ਹਾਂ ਦੁਆਰਾ ਫਿਰ ਉਹੀ ਡਬਲ ਕੋਟ ਯੂਜ਼ ਕੀਤਾ ਤੇ 2 ਸਾਲ ਤਾਂ ਨਿਕਲ ਲੈਣਗੇ ਹੁਣ ਫਿਰ ਇਹ 2 ਸਾਲ ਦੀ ਹੋ ਗਈ ਹਾਂਜੀ ਆਪਾਂ ਇਹ ਦੱਸ ਦਈਏ ਕਿ ਕੋਟਿੰਗ ਦਾ ਮੇਨ ਮੋਟਿਵ ਹੁੰਦਾ ਕੀ ਆ ਪੇਂਟ ਪ੍ਰੋਟੈਕਟ ਪੇਂਟ ਨੂੰ ਬਚਾ ਕੇ ਰੱਖਦੇ ਆ ਸਿੱਧੀ ਜੀ ਪੰਜਾਬੀ ਜੇ ਗੱਲ ਦੱਸਦਾ ਜਿਵੇਂ ਕਹਿੰਦੇ ਆ ਨਾ ਸਨ ਸਕਰੀਨ ਲਾ ਲਓ ਮੂੰਹ ਤੇ ਟੈਨਿੰਗ ਨਹੀਂ ਹੁੰਦੀ ਅੱਛਾ ਉਹ ਚੀਜ਼ ਆ ਦਿਸ ਇਜ਼ ਲਾਈਕ ਸਨ ਸਕਰੀਨ ਯੈਸ ਬ੍ਰੋ ਜਿੱਦਾਂ ਗੱਡੀਆਂ ਦੇ ਟਾਈਮ ਦੇ ਨਾਲ ਪੇਂਟ ਫੇਡ ਹੋ ਜਾਂਦਾ ਹਾਂਜੀ ਹਾਂਜੀ ਖਾਸ ਕਰਕੇ ਜਿਹੜੀਆਂ ਸੁਜ਼ੂਕੀ ਦੀਆਂ ਕਈ ਗੱਡੀਆਂ ਆਪਾਂ ਦੇਖਦੇ ਜਿਹੜਾ ਦਾ ਸ਼ੇਡ ਆਹ ਹੁੰਦਾ ਉਹ ਯਾਰ ਉਹ ਫੇਡ ਜਾ ਹੋ ਜਾਂਦਾ ਉਹ ਫੇਡਿੰਗ ਵੀ ਰੋਕਦਾ ਇਹ ਹਾਂ ਰੋਕ ਦਿੰਦਾ ਧੁੱਪੇ ਖੜੀ ਰਵੇ ਗੱਡੀ ਨੂੰ ਕੋਈ ਫਰਕ ਨਹੀਂ ਜਿਵੇਂ ਹੁਣ ਇੱਥੇ ਹਲਕੇ ਹਲਕੇ ਝਰੀਟਾਂ ਸੀ ਮਤਲਬ ਉਹ ਕੱਲੀਆਂ ਕੋਟਿੰਗ ਤੱਕ ਚੀਆਂ ਰੰਗ ਤੱਕ ਨਹੀਂ ਪਹੁੰਚਿਆ ਵੇਖ ਲਓ ਥੱਲੋਂ ਫਿਰ ਉਵੇਂ ਨਿਕਲ ਆਈ ਆ ਫੇਰ ਗੱਡੀ ਉਵੇਂ ਦੇ ਨਿਕਲੇ ਮਤਲਬ ਕਿ ਜਿੱਦਾਂ ਕਈ ਕਹਿੰਦੇ ਯਾਰ ਗੱਡੀ 6 ਮਹੀਨੇ ਮਗਰੋਂ ਸਾਲ ਮਗਰੋਂ ਕੰਪਾਉਂਡ ਕਢਾ ਲਓ ਨਹੀਂ ਉਹ ਰੰਗ ਛੱਡੀ ਜਾਂਦਾ ਉਹ ਤਾਂ ਵੀਰੇ ਫਿਰ ਰੰਗ ਖਰਾਬ ਹੁੰਦਾ ਵਾ ਉੱਤੇ ਤਾਂ ਲੇਅਰ ਚੱਕੀ ਜਾਂਦੀ ਆ ਉਹ ਤਾਂ ਜਿਵੇਂ ਆਪਾਂ ਕਹਿ ਦਈਏ ਹੁਣ ਮੂੰਹ ਤੇ ਸਕਰਬ ਮਾਲਦੇ ਆ ਸਾਡਾ ਤਰਨ ਰਾਤੀ ਚੱਕੀ ਫਿਰਦਾ ਡੀਟੇਨ ਚੱਕੀ ਫਿਰਦਾ ਸੀਗਾ ਉਹ ਵਧੀਆ ਕੰਪਨੀ ਦਾ ਹੈ ਹੁਣ ਜੇ ਉਹ ਦੇਸੀ ਜਾਂ ਵਰਤੇ ਸਕਰਬ ਉਹਦੇ ਤਾਂ ਮੂੰਹ ਤੇ ਤਾਂ ਝਰੀਟਾ ਹੀ ਪੈਣੀ ਛਿੱਲਦੂ ਫੜ ਕੇ ਗੱਲ ਹੁਣ ਜਿਵੇਂ ਇਹਦੇ ਉੱਤੇ ਆਪਾਂ ਕਿਹੜੀ ਕੰਪਨੀ ਦੀ ਕੋਟਿੰਗ ਮਾਰੀ ਹੋਊ ਇਹਦੇ ਤੇ ਆਪਾਂ ਡੈਡਲੌਕ ਦੀ ਡੈਡਲੌਕ ਦੀ ਮਾਰੀ ਹੋਊ ਆ ਡੈਡਲੌਕ ਦੀ ਵੀ ਹੈਗੀ ਆਪਣੇ ਕੋਲੇ ਪ੍ਰੋਡਕਟ ਸਾਰੇ ਹੈਗੇ ਆ ਟਰਟਲ ਦੇ ਹੈਗੇ ਆ ਮੈਨਜ਼ਰਨਾ ਦੇ ਹੈਗੇ ਆ ਹਾਂ ਸਾਰੇ ਹੈਗੇ ਆ ਬਸ ਕੋਟਿੰਗ ਜਿਹੜੀ ਆ ਮਤਲਬ ਕਿ ਇਹ ਰੰਗ ਵਧੀਆ ਹੋਊਗਾ ਤਾਂ ਖੜਦੀ ਨਹੀਂ ਖੜਨੀ ਜੇ ਟੂਕੇ ਦਾ ਅਸਲੀ ਰੰਗ ਹੈਗਾ ਹਾਂਜੀ ਜੇ ਡੀਕੋ ਵਜੇ ਆ ਐਸਪਾ ਵਜੇ ਨਹੀਂ ਖੜਦੀ ਨਹੀਂ ਖੜਦੀ ਹੁਣ ਜਿਵੇਂ ਆ ਛੋਟੀ ਕਾਰ ਆ ਹਾਂਜੀ ਇਹ ਅਲਟੋ ਆ ਹਾਂਜੀ ਇਹਦਾ ਕਿੰਨਾ ਕੁ ਖਰਚਾ ਜੇ ਮੰਨ ਲਓ ਕੋਈ ਸਾਡੇ ਕੋਲੇ ਬਈ ਲੈ ਕੇ ਆਉਂਦਾ ਇਹ ਤਾਂ ਤੁਸੀਂ 2,000 ਘੱਟ ਸਮਝ ਲਿਓ 15,000 ਸੀਗਾ ਡਾਈਵਰ ਦਾ ਉਦੋਂ ਇਹ ਮਤਲਬ ਕਿ 13,500 ਚ ਹੋ ਜੂ ਰੈਡੀ 13,500 ਇਹ ਗੱਡੀ ਕੋਟ ਹੋ ਜੂ ਤੇ ਗਾਰੰਟੀ ਸੇਮ ਆ ਸੇਮ ਪ੍ਰੋਡਕਟ ਸੇਮ ਸਾਰਾ ਕੁਝ ਓਵੇਂ ਸਟੈਪ ਯੂਜ਼ ਹੋਣਗੇ ਯਾਰ ਕੱਲੀਆਂ ਗੱਡੀਆਂ ਕੋਟ ਨਹੀਂ ਕਰਦੇ ਆਪਾਂ ਬੁਲਟ ਵੀ ਕਰ ਦਈਦੇ ਆ ਬੁਲਟ ਵੀ ਕਰ ਦਿੰਨੇ ਆ ਬਾਈਕ ਵੀ ਕਰ ਦਈਦੇ ਜੋ ਵੀ ਮਤਲਬ ਮੇਰੇ ਕੋਲ ਤਾਂ ਮੇਰੇ ਟਰੈਕਟਰ ਵਾਲੇ ਸ਼ੌਂਕੀ ਜਿਹੜੇ ਆ ਟਰੈਕਟਰ ਵੀ ਲੈ ਕੇ ਆਉਂਦੇ ਆ ਹਾਂ ਮੇਰੇ ਪੇਜ ਤੇ ਪਾਈਆਂ ਹੋਈਆਂ ਵੀਡੀਓਸ ਟਰੈਕਟਰ ਦੀਆਂ ਵੀ ਉਹ ਵੀ ਕੋਟਿੰਗ ਕਰ ਦਈਦੇ ਆ ਤੇ ਗੱਲਬਾਤ ਆ ਬਾਈ ਜੀ ਗੱਡੀ ਛੋਟੀ ਵੱਡੀ ਮੈਟਰ ਨਹੀਂ ਕਰਦੀ ਨਾ ਇਹ ਮੈਟਰ ਕਰਦਾ ਕਿ ਬਾਈ ਜੀ ਤੁਹਾਡੇ ਕੋਲ ਗੱਡੀ ਆ ਤੁਹਾਡੇ ਕੋਲ ਮੋਟਰਸਾਈਕਲ ਆ ਤੁਹਾਡੇ ਕੋਲ ਜਿਹੜਾ ਮਰਜ਼ੀ ਲੋਹਾ ਜਿਹੜਾ ਮਰਜ਼ੀ ਸੰਦ ਆ ਜਿਹੜਾ ਮਰਜ਼ੀ ਵਹੀਕਲ ਆ ਗੱਲਬਾਤ ਇਹ ਹੈ ਜਦੋਂ ਅਸੀਂ ਪਹਿਲੀ ਗੱਡੀ ਲੈਂਦੇ ਹਾਂ ਪਹਿਲਾ ਮੋਟਰਸਾਈਕਲ ਲੈਂਦੇ ਹਾਂ ਬਹੁਤੇ ਬੰਦਿਆਂ ਦੇ ਵੇਚਣ ਲਈ ਦਿਲ ਹੀ ਨਹੀਂ ਕਰਦਾ ਕਿਉਂਕਿ ਸਾਨੂੰ ਐਂ ਹੁੰਦਾ ਕਿ ਸਾਡੇ ਤਾਂ ਸੈਂਟੀਮੈਂਟ ਜਿਹੇ ਜੁੜੇ ਹੁੰਦੇ ਨੇ ਯਾਰ ਕਿ ਇਹ ਲੋਹਾ ਕਰਨ ਵਾਲਾ ਆ ਮੈਂ ਆਪ ਇਹ ਗੱਲ ਮੈਂ ਮੰਨਦਾ ਹੁਣ ਕਿਉਂਕਿ ਮੇਰੀ ਗੱਡੀ ਇਹ ਆ ਬਈ ਇਹ ਸਾਡੀ ਪਹਿਲੀ ਗੱਡੀ ਉਹ ਆ ਜਿਹਨੇ ਸਾਡਾ ਕੰਮ ਤੋੜਿਆ ਜੇ ਖੌਰੇ ਇਹ ਨਾ ਹੁੰਦੀ ਤਾਂ ਸ਼ਾਇਦ ਆਹ ਸਾਰਾ ਕੁਝ ਵੀ ਨਾ ਹੁੰਦਾ ਇਸ ਕਰਕੇ ਮੇਰੇ ਸੈਂਟੀਮੈਂਟ ਇਹਦੇ ਨਾਲ ਇੱਦਾਂ ਜੁੜੇ ਨੇ ਕਿ ਇਹਨੂੰ ਜੇ ਝਰੀਟ ਵੀ ਆਉਂਦੀ ਹੈ ਚੈੱਕ ਵੀ ਮਾਰਦੀ ਤਾਂ ਮੈਂ ਏਜੰਸੀ ਲੈ ਕੇ ਤੁਰ ਪੈਂਦਾ ਅਤੇ ਕਈ ਵਾਰੀ ਐਂ ਹੁੰਦਾ ਕਿ ਬਾਈ ਜੀ ਹੁਣ ਕਈ ਚੀਜ਼ਾਂ ਨੇ ਜਿਹੜੀਆਂ ਏਜੰਸੀਆਂ ਲੋਟ ਕਰ ਦਿੰਦੀਆਂ ਨੇ ਪਰ ਜਿਹੜੀ ਆ ਬਾਹਰੋਂ ਇਹਦਾ ਮੇਕਅਪ ਜਿਹਾ ਕਰਾਉਣਾ ਪੈਂਦਾ ਜਦੋਂ ਫਿਰ ਸਾਨੂੰ ਆਉਣਾ ਪੈਂਦਾ ਹੈ ਸਾਡੇ ਬਣੀ ਬਾਈਕ ਕੋਲੇ ਬਾਗੀ ਪੁਰਾਣੇ ਜਿਵੇਂ ਆ ਗੱਡੀਆਂ ਖੜੀਆਂ ਨੇ ਗੱਡੀਆਂ ਭਾਵੇਂ ਛੋਟੀਆਂ ਨੇ ਪਰ ਰੀਝ ਦੇਖੋ ਬਾਈ ਪੂਰੀ ਲਾ ਰੱਖੀ ਆ ਸਾਡੇ ਭਰਾ ਨੇ ਅਸੀਂ ਖੜੇ ਹਾਂ ਬਾਈ ਬਾਗੀ ਪੁਰਾਣੇ ਅਮਨ ਕਾ ਡਿਟੇਲਿੰਗ ਅਤੇ ਭਰਾ ਸਾਡੇ ਨਾਲ ਆ ਬਣੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੈ ਮੈਂ ਗੱਲ ਕਰਦਾ ਸੀ ਮੈਂ ਕਿਹਾ ਯਾਰ ਇਹ ਉਹ ਚੀਜ਼ਾਂ ਨੇ ਜਦੋਂ ਅਸੀਂ ਪਹਿਲੀ ਗੱਡੀ ਲੈਂਦੇ ਬੰਦੇ ਦੇ ਸੈਂਟੀਮੈਂਟ ਐਂ ਜੁੜੇ ਹੁੰਦੇ ਨੇ ਕਿ ਇਹਨੂੰ ਵੇਚਣ ਨੂੰ ਰੂਹ ਕਰਦੀ ਨਹੀਂ ਹਾਂਜੀ ਹਾਂਜੀ ਹੈ ਅਤੇ ਜਦੋਂ ਮੇਰੀ ਗੱਡੀ ਆ ਯਾਰ ਛਿੱਕ ਵੀ ਮਾਰਦੀ ਮੇਰਾ ਐਂ ਜੀ ਕਰਦਾ ਹੁੰਦਾ ਕਿ ਇਹਨੂੰ ਏਜੰਸੀ ਤੋਂ ਛੁੱਟ ਮੈਂ ਕਿਤੇ ਲੈ ਕੇ ਨਹੀਂ ਜਾਂਦਾ ਜਦੋਂ ਬਾਈ ਪੈਸੇ ਲਾਏ ਹੋ ਉਦੋਂ ਏਜੰਸੀ ਜੀ ਲੈ ਕੇ ਜਾਂਦੇ ਪੈਸੇ ਲਾਏ ਜਾਂ ਰੀਝ ਲਾਈ ਹੋ ਜਾਂ ਕਹਿੰਦੇ ਦਿਲ ਆਇਆ ਬਾਈ ਗੱਡੀ ਨੂੰ ਹਾਂਜੀ ਹੁਣ ਤਾਂ ਜੀ ਹਾਂ ਕਰਤੀ ਅਸੀਂ ਸਟਾਰਟ ਤਾਂ ਕਰਤੀ ਹੁਣ ਤਾਂ ਅਸੀਂ ਬਾਈ ਵੀਡੀਓ ਕਰਦੇ ਪਏ ਆ ਮੈਂ ਚੱਲੀ ਜਾਵੇ ਕੋਈ ਚੱਕਰ ਨਹੀਂ ਜੀ ਹੁਣ ਨਾ ਬੋਲਿਓ ਵੀਡੀਓ ਚੱਲਦੀ ਨਹੀਂ ਤੇ ਪਰਲੇ ਪਾਸੇ ਹੋ ਜਾਈਏ ਆਈ ਇੱਧਰ ਨਾ ਬਾਹਰ ਲਾਈ ਦਿਓ ਚੱਕਰ ਨਹੀਂ ਤੇ ਗੱਲਬਾਤ ਐ ਆ ਬਾਈ ਇਹਦੀ ਆਪਾਂ ਨਾ ਪਹਿਲਾਂ ਵੀ ਕੋਟਿੰਗ ਇੱਕ ਵਾਰੀ ਕਰ ਚੁੱਕੇ ਆ ਹੈ ਹਾਂਜੀ ਕਿੰਨਾ ਕੁ ਟਾਈਮ ਹੋ ਗਿਆ ਬਾਈ ਕੋਟਿੰਗ ਕੀਤੀ ਉਹਨੂੰ ਕੋਟਿੰਗ ਕੀਤੀ ਨੂੰ 8 ਮਹੀਨੇ ਤਾਂ ਹੋਏਗੇ 8 ਮਹੀਨੇ ਹੋ ਗਏ ਨੇ ਇੰਨੇ ਕੁ ਮੇਰੇ ਹਿਸਾਬ ਨਾਲ ਹੋ ਗਏ ਹੋਣ ਜੀ ਤੇ ਉਹਦੇ ਵਿਚਾਲੇ ਐ ਹੁੰਦਾ ਕਿ ਆਪਾਂ ਗੱਲ ਕਰਦੇ ਸੀ ਉਦੋਂ ਬਾਈ ਜੀ ਗੱਡੀ ਦੀ ਕੋਟਿੰਗ ਕਰਾਉਣ ਦਾ ਇਹ ਮਤਲਬ ਨਹੀਂ ਕਿ ਉੱਤੇ ਝਰੀਟਾਂ ਨਹੀਂ ਪੈਣੀਆਂ ਹਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹਨੂੰ ਕੁਝ ਹੋਣਾ ਨਹੀਂ ਹਾਂਜੀ ਕਦੇ ਵੀ ਕੁਝ ਵੀ ਹੋ ਸਕਦਾ ਹਾਂਜੀ ਹਾਂਜੀ ਜੇ ਮੇਰੇ ਉੱਤੇ ਬਾਈ ਕੀ ਸੀਗਾ ਹੁਣ ਜਦੋਂ ਆਪਾਂ ਇਹਦੀ ਕੋਟਿੰਗ ਕੀਤੀ ਤੇ ਰਿਪੇਅਰ ਕੀਤੀ ਆਪਾਂ ਇਹਨੂੰ ਰਿਪੇਅਰ ਕੀਤਾ ਕੋਟਿੰਗ ਦੁਬਾਰੇ ਰਿਪੇਅਰ ਦੀ ਹਜੇ ਇਹਨੂੰ ਲੋਡ ਨਹੀਂ ਸੀਗੀ ਜਿਹੜੇ ਪੈਨਲ ਮਤਲਬ ਆਪਣੇ ਹੁਣ ਪੇਂਟ ਕਰਨ ਦੀ ਆਪਾਂ ਨੂੰ ਲੋਡ ਪਈ ਆ ਉਹਦੇ ਕਰਕੇ ਆਪਾਂ ਉਹ ਕੋਟਿੰਗ ਕਰਨੇ ਸੀਗੇ ਤੇ ਨਾਲ ਆਪਾਂ ਬਾਕੀ ਵੀ ਆਪਾਂ ਰਿਪੇਅਰ ਕਰਦੇ ਜਿਵੇਂ ਇਸ ਗੱਡੀ ਦਾ ਤੂੰ ਤੁਹਾਨੂੰ ਦਿਖਾਉਣੇ ਆ ਕਿ ਜਿਹੜਾ ਬੰਪਰ ਆ ਇਹਦਾ ਨਵਾਂ ਆ ਤੇ ਪੇਂਟਡ ਆ ਹਾਂਜੀ ਪੇਂਟਡ ਜਿਹੜਾ ਇਹਦਾ ਆਹ ਪੈਨਲ ਆਪਣੀ ਗੱਡੀ ਦਾ ਹੈਗਾ ਐ ਦੇਖ ਕੇ ਤਾਂ ਜੱਜ ਨਹੀਂ ਹੁੰਦਾ ਪਿਛਲੀ ਵੀਡੀਓ 'ਚ ਦੇਖਿਆ ਹੋਣਾ ਕੋਟਿੰਗ ਕਰਨ ਲੱਗੇ ਸਾਡੇ ਵਿੱਕੀ ਨੇ ਤੇ ਬਹੁਤ ਸੋਹਣੀ ਚਾਂਦੀ ਖਲਾਰਤੀ ਇੱਕ ਬਾਈ ਡੈਂਟ ਪਵਾਤਾ ਸੀ ਤਕੜਾ ਹਾਂ ਇੱਥੇ ਆ ਜਗ੍ਹਾ ਤੇ ਇੱਥੇ ਸੀਗਾ ਇਹ ਵੀ ਪੇਂਟਡ ਆ ਤੇ ਜਿਹਦੇ ਕਰਕੇ ਕੋਟਿੰਗ ਜਿਹੜੀ ਆ ਸਾਨੂੰ ਦੁਬਾਰੇ ਕਰਾਉਣੀ ਪਈ ਹਾਂਜੀ ਤੇ ਡਿੱਗੀ ਜਿਹੜੀ ਆ ਉਹ ਗੱਡੀ ਦੀ ਆਪਾਂ ਚੇਂਜ ਕਰਾਈ ਉਹ ਨਵੀਂ ਆ ਪਿਛਲਾ ਬੰਪਰ ਨਵਾਂ
ਠੀਕ ਹੈ ਜੀ, ਜਿਵੇਂ ਨਿੱਕੇ ਨਿੱਕੇ ਗੋਲ ਗੋਲ ਜੇ ਬਣ ਜਾਂਦੇ ਸਕਰੈਚ ਕੋਟਿੰਗ ਦੇ ਉੱਤੇ। ਹਾਂਜੀ ਹਾਂਜੀ, ਉਹ ਕੋਟਿੰਗ ਦੇ ਉੱਤੇ ਤਾਂ ਪੈਣੇ ਹੀ ਪੈਣੇ ਆ, ਪਰ ਪੇਂਟ ਨੂੰ ਨਹੀਂ ਕੋਈ ਦਿੱਕਤ ਆਉਣ ਦਿੰਦੀ ਉਹਦੇ ਨਾਲ, ਪੇਂਟ ਦਾ ਕੋਈ ਲੈਣਾ ਦੇਣਾ ਨਹੀਂ, ਕੋਟ ਪੇਂਟ ਦਾ ਕੋਈ ਲੈਣਾ ਦੇਣਾ ਨਹੀਂ। ਕਿ ਜਿਵੇਂ ਹੁਣ ਮੈਂ ਦੇਖਦਾ ਸੀਗਾ ਆਪਾਂ ਸ਼ਾਰਟ ਵੀ ਉੱਪਰ ਸਕਰੀਨ 'ਤੇ ਲਾ ਕੇ ਦਿਖਾਉਂਦੇ ਹਾਂ, ਹਾਂਜੀ ਹਾਂਜੀ, ਕਿ ਆਪਾਂ ਕੋਟਿੰਗ ਦੇ ਉੱਤੇ ਉਹ ਮਸ਼ੀਨ ਜੀ ਫੇਰਦੇ ਸੀਗੇ। ਹਾਂਜੀ ਹਾਂਜੀ, ਉਹ ਕੀ ਚੀਜ਼ ਸੀਗੀ ਉਹ? ਬਈ ਸੈਂਟਰ ਆਪਣਾ, ਹਾਂ ਸੈਂਟਰ, ਉਹਦੇ ਉੱਤੇ ਆਪਾਂ ਪੋਲਿਸ਼ ਯੂਜ਼ ਕਰੀਦੀ, ਉਹਦੇ ਨਾਲ ਹੀ ਮਤਲਬ ਜਿਹੜੇ ਆਪਾਂ ਸੋਇਲ ਮਾਰਕ ਰਿਮੂਵ ਕਰੀਦੇ ਆ ਸਾਰੇ। ਜਿਵੇਂ ਆਪਾਂ ਗੱਡੀ 'ਚ ਤਾਂ ਕੋਟਿੰਗ ਨਹੀਂ ਹੁੰਦੀ ਨੋਰਮਲੀ, ਆਪਾਂ ਕਹਿੰਦੇ ਕੰਪਾਊਂਡ ਕਢਾ ਲਈ। ਹਾਂਜੀ ਹਾਂਜੀ, ਉਹ ਕੰਪਾਊਂਡ ਕਿਆ ਕਰਦੇ ਕਿ ਪੇਂਟ ਦੇ ਇੱਕ ਲੇਅਰ, ਪੇਂਟ ਦੇ ਕੇ ਹਾਂਜੀ ਉਹ ਲੇਅਰ ਚੱਕਦੇ, ਪਰ ਇਹ ਆਪਣੀ ਵਾਲੀਆਂ ਲੇਅਰ ਨਹੀਂ ਚੱਕਦੀਆਂ ਹੈਗੀਆਂ। ਹਾਂ, ਜਿਵੇਂ ਹੁਣ ਇਹ ਤਾਂ ਕੋਟਿੰਗ ਸੀਗੀ ਤੇ ਉਹਦੇ ਨਾਲ ਇਹ ਤਾਂ ਮੈਂ ਉਹ ਬਣ ਆਪਣੇ ਕੋਲ ਜਿਹੜੀਆਂ ਮਤਲਬ ਕੰਪਾਊਂਡਸ ਹੈਗੀਆਂ ਉਹ ਆਪਾਂ ਨੂੰ ਮਤਲਬ ਗੱਡੀ ਦੇ ਗੱਡੀ ਦੀ ਕੰਡੀਸ਼ਨ ਵੇਖ ਕੇ ਯੂਜ਼ ਕਰਨੀ ਪੈਂਦੀ ਆ। ਜੇ ਆਪਾਂ ਨੂੰ ਹੈਵੀ ਕੱਟ ਵਾਸਤੇ ਯੂਜ਼ ਚਾਹੀਦੀ ਆ, ਫਿਰ ਆਪਾਂ ਹੈਵੀ ਕੱਟ ਯੂਜ਼ ਕਰੀਏ। ਇਹਦੇ ਨਾਲ ਜਿਹੜੀ ਆਪਾਂ ਕਹਿ ਦਈਏ ਜਿਹੜੀ ਥੱਲੇ ਸੀਗੀ ਕੋਟਿੰਗ, ਹਾਂਜੀ ਕੋਟਿੰਗ, ਹੁਣ ਆਪਾਂ ਇਹਦੇ ਤੇ ਕੋਟ ਹੋਰ ਮਾਰਤਾ। ਅੱਛਾ, ਕੋਟਿੰਗ ਕੰਪਾਊਂਡ ਕੜਕ ਘੁਮਾ ਕੇ, ਹਾਂ ਹਾਂ, ਤੇ ਉਹਦੇ ਉੱਪਰ ਇੱਕ ਕੋਟ ਹੋਰ ਛੱਡਤਾ। ਹਾਂਜੀ, ਗੱਡੀ ਦੀ ਹੁਣ ਇਹ ਕਹਿ ਦਈਏ ਕੋਟਿੰਗ ਦੀ ਲਾਈਫ ਫੇਰ ਉਦਾਂ ਹੀ। ਹਾਂਜੀ ਹਾਂਜੀ, ਫੇਰ ਤੇ ਹੁਣ ਇਹ ਤੇ ਪਾਣੀ ਨਹੀਂ ਖੜਦਾ, ਨਹੀਂ ਖੜਦਾ, ਪਾ ਕੇ ਦੇਖ ਲਓ ਭਾਵੇਂ। ਹਾਂਜੀ, ਉਹ ਤਾਂ ਦੇਖ ਕੇ ਯਾਰ ਬਾਹਲਾ ਇੱਦਾਂ ਆਪਦੇ ਆਪ ਨੂੰ ਫੇਰ ਹੁੰਦਾ ਕਿ ਗੱਡੀ ਖਰੇ ਜਿੱਦਾਂ ਏਜੰਸੀ ਉਹ ਕਢਾਈ ਹੁੰਦੀ ਫੇਰ ਉਦਾਂ ਦੀ ਹੋ ਗਈ ਹੈ। ਹਾਂਜੀ, ਤੇ ਬਈ ਜਿਵੇਂ ਆਹ ਆ ਹੁਣ ਆਪਾਂ ਇਹ ਨੂੰ ਕਹਿ ਦਈਏ ਕਿ ਆਪਾਂ ਸਰੈਮਿਕ ਬੋਰਡ ਦੀ ਰਿਪੇਅਰ ਕੀਤੀ, ਹੁਣ ਇਹਦੀ ਲਾਈਫ ਕਿੰਨੀ ਆ? ਹੁਣ ਇਹਦੀ ਲਾਈਫ ਆਪਾਂ ਫਿਰ ਉਹੀ ਕੋਟ ਦੁਆਰਾ ਯੂਜ਼ ਕੀਤੇ ਆ, ਹਾਂ ਦੁਆਰਾ ਫਿਰ ਉਹੀ ਡਬਲ ਕੋਟ ਯੂਜ਼ ਕੀਤਾ ਤੇ 2 ਸਾਲ ਤਾਂ ਨਿਕਲਣਗੇ ਹੁਣ ਫਿਰ 2 ਸਾਲ ਦੀ ਹੋ ਗਈ। ਹਾਂਜੀ, ਮਤਲਬ ਕਿ ਜੇ ਜਦੋਂ ਆਪਾਂ ਗੱਡੀ ਕੋਟ ਕਰਾਈ ਸੀ ਭਾਵੇਂ ਮੈਂ ਸਾਲ ਇੱਕ ਹਜੇ ਨਹੀਂ ਵੀ ਕਰਾਉਂਦਾ, ਹਾਂ ਲੋਡ ਨਹੀਂ ਪੈਣੀ ਸੀਗੀ, ਪਰ ਆਪਾਂ ਨੂੰ ਕਿਉਂਕਿ ਜਿਹੜੇ ਆਪਾਂ ਦੁਆਰਾ ਪੈਨਲ ਪੇਂਟਡ ਪੈਨਲ ਆਪਾਂ ਕੋਟਿੰਗ ਕੀਤੇ ਆ, ਹਾਂ ਉਹਦੇ ਕਰਕੇ ਆਪਾਂ ਨੂੰ ਮੇਨਟੇਨੈਂਸ ਕਰਨੀ ਪਈ, ਮੇਨਟੇਨੈਂਸ ਵੀ ਕਰਨੀ ਪੈ ਗਈ ਗੱਡੀ ਦੀ, ਹੈ ਨਾ। ਹੁਣ ਬਾਈ ਜਿਹੜੇ ਵੀਰ ਸਾਡੇ ਦੇਖਦੇ ਵੀਡੀਓ, ਹੁਣ ਕਈਆਂ ਨੂੰ ਐ ਵਹਿਮ ਹੁੰਦਾ ਹੈ ਕਿ ਕਹਿੰਦੇ ਯਾਰ ਜਿਹੜੀ ਕੋਟ ਕਰਾ ਲਓ ਤੇ ਇਹ ਤੇ ਕੋਈ ਝਰੀਟ ਨਹੀਂ ਪੈਂਦੀ, ਕਹਿੰਦੇ ਝਰੀਟ, ਕਈਆਂ ਨੂੰ ਐ ਵੀ ਹੁੰਦਾ ਕਹਿੰਦੇ ਖਰੇ ਝਰੀਟ ਪੈ ਜੇ ਤਾਂ ਆਪਣੇ ਆਪ ਹੀ ਭਰ ਜਾਂਦੀ ਆ, ਆਪਣੇ ਆਪ ਨਹੀਂ, ਇਹ ਚੀਜ਼ ਕਰਦੇ ਨੇ ਕਈਆਂ ਨੂੰ ਵਹਿਮ ਹੁੰਦਾ, ਕਈਆਂ ਨੂੰ ਵਹਿਮ ਹੁੰਦਾ। ਆਪਾਂ ਇਹ ਦੱਸ ਦਈਏ ਕਿ ਕੋਟਿੰਗ ਦਾ ਮੇਨ ਮੋਟਿਵ ਹੁੰਦਾ ਕੀ ਆ? ਪੇਂਟ ਪ੍ਰੋਟੈਕਟ, ਪੇਂਟ ਨੂੰ ਬਚਾ ਕੇ ਰੱਖਦੇ ਆ। ਸਿੱਧੀ ਜੀ ਪੰਜਾਬੀ ਜੇ ਗੱਲ ਦੱਸਦਾ, ਜਿਵੇਂ ਕਹਿੰਦੇ ਆ ਨਾ ਸਨ ਸਕਰੀਨ ਲਾ ਲਓ ਮੂੰਹ ਤੇ ਟੈਨਿੰਗ ਨਹੀਂ ਹੁੰਦੀ, ਅੱਛਾ ਉਹ ਚੀਜ਼ ਆ, ਦਿਸ ਇਜ਼ ਲਾਈਕ ਸਨ ਸਕਰੀਨ, ਯੈਸ ਬ੍ਰੋ। ਅੱਛਾ, ਇਹ ਉਹ ਚੀਜ਼ ਆ ਕਿ ਪੇਂਟ ਦਾ ਕੋਈ ਡੈਮੇਜ ਨਹੀਂ ਹੁੰਦਾ, ਜਿੱਦਾਂ ਗੱਡੀਆਂ ਦੇ ਟਾਈਮ ਦੇ ਨਾਲ ਪੇਂਟ ਫੇਡ ਹੋ ਜਾਂਦਾ। ਹਾਂਜੀ ਹਾਂਜੀ, ਖਾਸ ਕਰਕੇ ਜਿਹੜੀਆਂ ਸੁਜ਼ੂਕੀ ਦੀਆਂ ਕਈ ਗੱਡੀਆਂ ਆਪਾਂ ਦੇਖਦੇ ਜਿਹੜਾ ਦਾ ਸ਼ੇਡ ਆਹ ਹੁੰਦਾ, ਉਹ ਯਾਰ ਉਹ ਫੇਡ ਜਿਹਾ ਹੋ ਜਾਂਦਾ, ਉਹ ਫੇਡਿੰਗ ਵੀ ਰੋਕਦਾ ਇਹ, ਹਾਂ ਰੋਕ ਦਿੰਦਾ, ਧੁੱਪੇ ਖੜੀ ਰਵੇ ਗੱਡੀ ਨੂੰ ਕੋਈ ਫਰਕ ਨਹੀਂ। ਹਾਂ, ਜਿਵੇਂ ਕਹਿ ਦਈਏ ਫੇਡ ਹੋ ਜਾਂਦਾ ਰੰਗ ਜਿਹਾ, ਮੈਟ ਹੋ ਜਾਂਦੀਆਂ ਗੱਡੀਆਂ, ਜਿਵੇਂ ਇਹਨੂੰ ਕੋਈ ਫਰਕ ਨਹੀਂ ਗਾ। ਜਿਵੇਂ ਹੁਣ ਇੱਥੇ ਹਲਕੀ ਹਲਕੀ ਝਰੀਟਾਂ ਸੀ, ਮਤਲਬ ਉਹ ਕੱਲੀਆਂ ਕੋਟਿੰਗ ਤੱਕ ਸੀਗੀਆਂ, ਰੰਗ ਤੱਕ ਨਹੀਂ, ਰੰਗ ਤੱਕ ਨਹੀਂ ਪਹੁੰਚਿਆ, ਵੇਖ ਲਓ ਥੱਲੋਂ ਫਿਰ ਉਵੇਂ ਨਿਕਲ ਆਈ ਆ, ਫੇਰ ਗੱਡੀ ਉਵੇਂ ਦੇ ਨਿਕਲੇ, ਮਤਲਬ ਕਿ ਜਿੱਦਾਂ ਕਈ ਕਹਿੰਦੇ ਯਾਰ ਗੱਡੀ 6 ਮਹੀਨੇ ਮਗਰੋਂ ਸਾਲ ਮਗਰੋਂ ਕੰਪਾਊਂਡ ਕਢਾ ਲਓ, ਨਹੀਂ ਉਹ ਤਾਂ ਵੀਰੇ ਫਿਰ ਰੰਗ ਖਰਾਬ ਹੁੰਦਾ ਵਾ, ਉੱਤੇ ਤਾਂ ਲੇਅਰ ਚੱਕੀ ਜਾਂਦੀ ਆ, ਉਹ ਤਾਂ ਜਿਵੇਂ ਆਪਾਂ ਕਹਿ ਦਈਏ ਹੁਣ ਮੂੰਹ ਤੇ ਸਕ੍ਰੱਬ ਮਾਲਦੇ ਆ, ਸਾਡਾ ਤਰਨ ਰਾਤੀ ਚੱਕੀ ਫਿਰਦਾ, D10 ਚੱਕੀ ਫਿਰਦਾ ਸੀਗਾ, ਵਧੀਆ ਕੰਪਨੀ ਦਾ ਹੀ। ਹੁਣ ਜੇ ਉਹ ਦੇਸੀ ਜਾਂ ਵਰਤੇ ਸਕ੍ਰੱਬ ਉਹਦੇ ਤਾਂ ਮੂੰਹ ਤੇ ਤਾਂ ਝਰੀਟਾ ਹੀ ਪੈਣੀ, ਛਿੱਲ ਤੂੰ ਫੜ ਕੇ ਗੱਲਾਂ। ਤੇ ਇਹ ਕੋਟਿੰਗ ਜਿਹੜੀ ਆ ਤੇ ਕੰਪਾਊਂਡਿੰਗ 'ਚ ਇਹ ਫਰਕ ਹੈਗਾ, ਬਹੁਤ ਫਰਕ ਆ। ਹੁਣ ਬਾਈ ਜੀ ਇਹ ਵੀ ਦੱਸ ਦਿੰਦੇ ਆ, ਹੁਣ ਜਿਵੇਂ ਇਹਦੇ ਉੱਤੇ ਆਪਾਂ ਕਿਹੜੀ ਕੰਪਨੀ ਦੀ ਕੋਟਿੰਗ ਮਾਰੀ ਹੋ ਆ? ਇਹਦੇ ਤੇ ਆਪਾਂ ਡੈਡਲੌਕ ਦੀ, ਡੈਡਲੌਕ ਦੀ ਮਾਰੀ ਹੋ ਆ, ਡੈਡਲੌਕ ਦੀ ਵੀ ਹੈਗੀ ਆਪਣੇ ਕੋਲੇ, ਪ੍ਰੋਡਕਟ ਸਾਰੇ ਹੈਗੇ ਆ, ਟਰਟਲ ਦੇ ਹੈਗੇ ਆ, ਮੈਨਜ਼ਰਨਾ ਦੇ ਹੈਗੇ ਆ, ਹਾਂ ਸਾਰੇ ਹੈਗੇ ਆ। ਤੇ ਹੁਣ ਜਿਵੇਂ ਇਹਨਾਂ ਇੱਕ ਕੱਲ ਆਪਣੇ ਕੋਲ ਕਾਰ ਨਵਾਂ ਜਿਹਾ ਹੋਇਆ ਸੀ, ਜਿੱਥੇ ਆਪਣੇ ਕੋਲ ਗੱਡੀ ਆਈ ਸੀ, ਹੁਣ ਆਪਾਂ ਗੱਡੀ ਦਾ ਚੱਲ ਨਾਮ ਨਹੀਂ ਲੈਂਦੇ, ਉਸ ਗੱਡੀ ਨੂੰ ਸਾਰੀ ਨੂੰ ਦੁਬਾਰੇ ਰੰਗ ਵੱਜਿਆ ਸੀ, ਪਰ ਵੱਜਿਆ ਸੀਗਾ, ਵੱਜਿਆ ਸੀ ਜਮਾਂ ਦੇਸੀ 2K ਦਾ ਕਹਿ ਕੇ ਉੱਤੇ ਪੇਂਟ ਹੋਇਆ ਸੀਗਾ, ਗੱਡੀ ਆਈ ਸੀ 22 ਦੇ ਸ਼ਹਿਰੋਂ ਹੀ, ਸਾਡੇ ਸ਼ਹਿਰ ਗੱਡੀ ਆਈ ਸੀ ਤੇ ਗੱਡੀ ਦਾ ਰੰਗ ਹੋਇਆ ਸੀ, ਮੇਬੀ ਡੀਕੋ ਡੂਕੋ ਮਾਰਿਆ ਹੋਇਆ ਸੀ, ਉਹਦੇ ਤੇ ਕੋਟਿੰਗ ਖੜੀ ਨਹੀਂ, ਦੁਬਾਰਾ ਪੇਂਟ ਗਾਰੰਟੀ 'ਚ ਸੀਗਾ, ਉਹ ਦੁਬਾਰਾ ਹੁਣ ਪੇਂਟ ਹੋਣ ਵਾਸਤੇ ਗਈ ਆ, ਉਦੋਂ ਬਾਅਦ ਆਪਾਂ ਕੋਟਿੰਗ ਦਾ ਪ੍ਰੋਸੈਸ ਸ਼ੁਰੂ ਕਰਾਂਗੇ। ਕੋਟਿੰਗ ਜਿਹੜੀ ਆ ਮਤਲਬ ਕਿ ਇਹ ਰੰਗ ਵਧੀਆ ਹੋਊਗਾ ਤਾਂ ਖੜਦੀ, ਤਾਂ ਖੜਦੀ ਨਹੀਂ ਖੜਦੀ ਜੇ 2K ਦਾ ਅਸਲੀ ਰੰਗ ਹੈਗਾ। ਹਾਂਜੀ, ਜੇ ਡੀਕੋ ਵੱਜਿਆ ਐਸਪਾ ਵੱਜਿਆ ਨਹੀਂ ਖੜਦੀ, ਨਹੀਂ ਖੜਦੀ, ਉਹ ਨਹੀਂ ਖੜਦੀ ਨਾ, ਮਤਲਬ ਕਿ ਇਹਨੂੰ ਐ ਲੱਗਣਾ ਪੇਂਟ ਹੀ ਇੰਨਾ ਕੋ ਜ਼ਿਆਦਾ ਸੱਕ ਕਰ ਲੰਦਾ ਕੋਟਿੰਗ ਨੂੰ, ਕੋਟਿੰਗ ਨਾਲ ਹੀ ਐਟ ਅ ਟਾਈਮ ਜੰਮ ਜਾਂਦੀ ਆ, ਹਾਂ ਉਹਦੇ ਤੇ ਉਦਾਂ ਉਵੇਂ ਕੋਟਿੰਗ ਨਹੀਂ ਫੇਰਨ ਦਾ ਟਾਈਮ ਦਿੰਦੀ ਨਹੀਂ। ਹਾਂ ਇੱਕ ਤਾਂ ਆਹ ਗੱਡੀ ਖੜੀ, ਹਾਂਜੀ, ਕਾਲਾ ਰੰਗ ਤੇ ਚਿੱਟਾ ਰੰਗ, ਇਹਨਾਂ ਦੋਨਾਂ 'ਚ ਫਰਕ ਕੀ ਆ ਕੋਟਿੰਗ ਮਾਰਨੀ ਹੋਵੇ ਜਦੋਂ? ਹੁਣ ਕਈਆਂ ਨੇ ਕਈ ਦੇਖਦੇ ਆ ਆਪਾਂ ਨੂੰ, ਕਿਸੇ ਕੋਲੇ ਕਾਲੇ ਰੰਗ ਦੀ ਗੱਡੀ, ਕਿਸੇ ਕੋਲੇ ਚਿੱਟੇ ਰੰਗ ਦੀ ਗੱਡੀ, ਕੇਅਰ ਕਿਹਦੀ ਵੱਧ ਭਾਲਦੀ ਆ? ਕਾਲੇ ਰੰਗ ਦੀ, ਕਾਲੇ ਰੰਗ ਦੀ ਗੱਡੀ ਇੰਨੀ ਕੋ ਜ਼ਿਆਦਾ ਮਿਹਨਤ ਮੰਗਦੀ ਆ, ਹਾਂ ਸ਼ਾਮ ਤਾਈਂ ਹੱਥ ਰਹਿ ਜਾਂਦੇ ਆ ਮਾਰਦੇ ਮਾਰਦੇ, ਲੋਕੀ ਸਾਨੂੰ ਪਤਾ ਕੀ ਕਹਿੰਦੇ ਆ, ਯਾਰ ਕੀ ਖਾ ਕੇ ਯਾਰ ਤੁਸੀਂ ਲੱਗੇ ਰਹਿੰਦੇ ਹੋ ਯਾਰ। ਤੇ ਜਿਹੜੀ ਚਿੱਟੇ ਰੰਗ ਦੀ ਆ, ਚਿੱਟੇ ਰੰਗ
ਮਾਰਜਨ ਬਹੁਤ ਰੱਖਦੇ ਅੱਜ ਕੱਲ ਦਸ ਹਜ਼ਾਰ ਬਹੁਤ ਦਸ ਦਸ ਹਜ਼ਾਰ ਦਾ ਮਾਰਜਨ ਰੱਖਦੇ ਆ ਵਧੀਆ ਮਤਲਬ ਗੱਡੀ ਦੇ ਜਿਹੜੇ ਸ਼ੈਂਪੂ ਆਉਂਦੇ ਆ ਹੁਣ ਸਾਡਾ ਵਿੱਕੀ ਦਾ ਕਹੂਗਾ ਬਾਈ ਇਹ ਡਵ ਸ਼ੈਂਪੂ ਨਹੀਂ ਡਵ ਨਹੀਂ ਯੂਜ਼ ਕਰਨਾ ਵਧੀਆ ਗੱਡੀਆਂ ਵਾਲੇ ਜਿਹੜੇ ਸ਼ੈਂਪੂ ਆਉਂਦੇ ਆ ਉਹ ਯੂਜ਼ ਕਰਨੇ ਆ ਗੱਡੀ ਤੇ ਡੀਜ਼ਲ ਨਹੀਂ ਮਾਰਨਾ ਹਾਂ ਕਈ ਵਾਰੀ ਅਗਰ ਬਾਬਾ ਗੱਡੀ ਧਵਾਉਣ ਜਾਂਦੇ ਉਹ ਕਹਿ ਦਿੰਦੇ ਨਾ ਬਾਈ ਜੀ ਗੱਡੀ ਤੇ ਆਹ ਨਿਸ਼ਾਨ ਡੀਜ਼ਲ ਮਾਰਨਾ ਪਊਗਾ ਡੀਜ਼ਲ ਮਾਰ ਦਈਏ ਨਹੀਂ ਮਾਰਨਾ ਡੀਜ਼ਲ ਨਹੀਂ ਲੱਗਣਾ ਜੀ ਡੀਜ਼ਲ ਕੀ ਕਰਦਾ ਡੀਜ਼ਲ ਨੇ ਕੋਟਿੰਗ ਤੁਹਾਡੀ ਰਿਮੂਵ ਕਰ ਦੇਣੀ ਸਾਰੀ ਕੋਟਿੰਗ ਚੱਕੀ ਦੇਣੀ ਹਾਂ ਇੱਕ ਲੋਕੀ ਕਹਿ ਦਿੰਦੇ ਆ ਬਾਈ 120 ਰੁਪਏ ਲਵਾਂਗੇ 150 ਰੁਪਇਆ ਲਵਾਂਗੇ ਗੱਡੀ ਧੋ ਦਾਂਗੇ ਸਰਫ ਹੁੰਦੀ ਆ ਉਹ ਨਹੀਂ ਯੂਜ਼ ਕਰਨੀ ਜੇ ਸਰਫ ਲੱਗ ਗਈ ਸਰਫ ਲੱਗ ਗਈ ਉਹਦੀ ਕੋਟਿੰਗ ਖਰਾਬ ਕੋਟਿੰਗ ਖਤਮ ਹੋ ਗਈ ਖਰਾਬ ਖਤਮ 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 ਹੋ ਜਾਊਗੀ ਮਤਲਬ 15000 ਰੁਪਇਆ ਲਾਇਆ ਖਤਮ ਉਸੇ ਵੇਲੇ ਹਾਂਜੀ ਤੇ ਆਪਾਂ ਗੱਡੀ ਦੀ ਵਧੀਆ ਕੇਅਰ ਕਰਾਂਗੇ 3M ਦਾ ਸ਼ੈਂਪੂ ਯੂਜ਼ ਕਰੋ ਸਭ ਤੋਂ ਬੈਸਟ ਆ ਬਈ ਆਪਣੇ ਕੋਲੇ ਆਪਾਂ ਕੰਪਨੀ ਦਿਖਾ ਦਿੰਦੇ ਆ ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਬਈ 3M ਕਿਹੜੀ ਕੰਪਨੀ ਆ ਹਾਂਜੀ ਆਹ ਕੰਪਨੀ ਆ ਬਈ 3M ਆ ਵੀ ਕੀ ਆ ਦਿਖਾਈ ਇਹ ਤਾਂ ਹੈਵੀ ਕਟ ਵਾਸਤੇ ਮਤਲਬ ਯੂਜ਼ ਹੁੰਦੀ ਆ ਇਹ ਕੰਪਨੀ ਆ ਬਸ ਇਹ ਸ਼ੈਂਪੂ ਨਹੀਂ ਹੈਗਾ ਇਹ ਕੰਪਨੀ 3M ਆ ਜਿਹਦਾ ਸ਼ੈਂਪੂ ਤੁਸੀਂ ਵਰਤਣਾ ਜਾਂ ਜਿਹੜਾ ਕਾਰ ਧੋਣ ਦੇ ਲਈ ਜਿਹੜਾ ਵਧੀਆ ਸ਼ੈਂਪੂ ਵਰਤੋਂਦਾ ਉਹ ਵਰਤੋ ਉਹਦੇ ਨਾਲ ਬਈ ਇਹਦੀ ਲਾਈਫ ਦੀ ਗਾਰੰਟੀ ਕਿੰਨੀ ਆ ਉਹਦੇ ਨਾਲ ਜਿੰਨੀ ਮੈਂ ਤੁਹਾਨੂੰ ਕਹਿਤੀ ਮਤਲਬ 2 ਸਾਲ ਵਧੀਆ ਕੇਅਰ ਕੱਢੂਗੀ ਹਾਂ ਤੁਸੀਂ ਵਧੀਆ ਕੇਅਰ ਕੀਤੀ ਵਧੀਆ ਸ਼ੈਂਪੂ ਯੂਜ਼ ਕੀਤਾ 2 ਸਾਲ ਦੀ ਮੈਂ ਵਾਰੰਟੀ ਦੇ ਰਿਹਾ ਤੁਸੀਂ ਉਹਦੇ 3 ਸਾਲ ਵੀ ਕਢਾ ਸਕਦੇ ਹੋ 3 ਵੀ ਕਢਾ ਸਕਦੇ ਨਿਕਲ ਜਾਣਗੇ ਤੇ 3 ਸਾਲ ਆਪਾਂ ਕਢਾਉਨੇ ਇਨ ਬਿਟਵੀਨ ਕੀ ਸਰਵਿਸ ਦੇਤੀ ਗਾਹਕ ਨੂੰ ਹਾਂਜੀ ਉਹਦੇ ਵਿਚਾਲੇ ਸਰਵਿਸ ਕੀ ਉਦੋਂ ਜਦੋਂ ਮੈਂਟੇਨੈਂਸ ਵਾਸਤੇ ਸਰਵਿਸ ਦੇਈਦੀ ਆ ਉਦੋਂ ਇੱਕ ਕੋਟ ਫੇਰ ਹੋ ਜਾਣਾ ਉਹਨਾਂ ਦੀ ਗੱਡੀ ਤੇ ਲਾਈਫ ਫੇਰ ਵਧ ਗਈ ਲਾਈਫ ਫੇਰ ਵਧ ਗਈ ਹਾਂ ਮਤਲਬ ਕਿ ਆਪਾਂ 15000 ਦੇ ਵਿੱਚ ਤੁਹਾਨੂੰ ਦੋ ਸਰਵਿਸ ਦੋ ਹਾਂ ਦੋ ਵਾਰੀ ਗੱਡੀ ਕਰਾ ਸਕਦੇ ਦੋ ਵਾਰੀ ਤੁਸੀਂ ਆਪ ਇੱਕ ਵਾਰੀ ਤਾਂ ਜਦੋਂ ਆਪਾਂ ਪਹਿਲੀ ਵਾਰੀ ਕਰਨੀ ਉਦੋਂ ਦੂਜੀ ਵਾਰੀ ਮੈਂਟੇਨੈਂਸ ਤੇ ਬਈ ਹੁਣ ਇਦਾਂ ਵੀ ਹੁੰਦਾ ਹੁਣ ਸਾਨੂੰ ਪਤਾ ਤਾਂ ਹੈ ਕਿ ਗੱਡੀ ਨੂੰ ਕੋਟ ਜਿਹੜਾ ਬੰਦਾ ਦੂਜੀ ਵਾਰੀ ਕਰਾਉਣ ਲੱਗਿਆ ਜਾਂ ਜਿਹਨੂੰ ਨੌਲੇਜ ਆ ਉਹਨੂੰ ਪਤਾ ਕਿ ਬਈ ਇਹ ਗੱਡੀ ਕੋਟ ਕਰਾ ਹਾਂਜੀ ਹੁਣ ਮੈਨੂੰ ਪਾਣੀ ਨਹੀਂ ਲੱਗਣ ਦੇਣਾ ਕੁਝ ਘੰਟੇ ਦੇ ਲਈ ਮਤਲਬ ਕਿ 48 ਘੰਟੇ ਜਾਂ 72 ਘੰਟੇ ਦਾ ਟਾਈਮ ਹੁੰਦਾ ਹਾਂਜੀ ਹਾਂਜੀ ਹੁਣ ਜਿਹੜਾ ਬੰਦਾ ਲੈ ਕੇ ਚੱਲੇ ਉਹਨੂੰ ਸਮਝਾ ਦੇ ਕਿ ਬਈ ਜੀ ਲੈ ਕੇ ਚੱਲੇ ਤਾਂ ਆਹ ਚੀਜ਼ਾਂ ਪਹਿਲਾਂ ਨਾ ਕਰਿਓ ਪਹਿਲਾਂ ਨਾ ਕਰਿਓ ਇਹ ਤੇ ਆਪਾਂ ਗੱਡੀ ਮਿੱਟੀ ਪੈਂਦੀ ਪਈ ਜਾਂਦੋ ਕੱਪੜਾ ਨਹੀਂ ਮਾਰਨਾ ਜੇ ਕੋਟਿੰਗ ਕਰਾਉਣ ਤੋਂ ਬਾਅਦ ਹਾਂ ਕਹਿੰਦੀ ਨਾ ਲੱਗਾ ਮਿੱਟੀ ਪਈ ਵੀ ਜਾਂਦੀ ਤਾਂ ਉੱਡੀ ਜਾਣੀ ਅੱਧੀ ਦਾ ਹੁਣ ਕਿਉਂਕਿ ਇਹਦੇ ਤੇ ਜੰਮਦੀ ਨਹੀਂ ਹਾਂ ਕਿਉਂਕਿ ਮੇਰੇ ਵਰਗਾ ਕਈ ਵਾਰੀ ਬੰਦਾ ਕੋਟ ਕਰਾ ਕੇ ਲੈ ਗਿਆ ਉਹਨੇ ਕਹਿੰਦਾ ਯਾਰ ਹੁਣੇ ਕੋਟਿੰਗ ਕਰਾਈ ਆ ਮਿੱਟੀ ਪੈ ਗਈ ਫੇਰ ਦਿਓ ਕੱਪੜਾ ਜਾਂ ਪਾਣੀ ਮਾਰ ਦਿਓ ਪਾਣੀ ਹਾਂਜੀ ਹਾਂਜੀ ਜੇ ਪਾਣੀ ਪਾਵਾਂਗੇ ਫੇਰ ਕੀ ਹੋਊਗਾ ਬਾਈ ਪਾਣੀ ਪਾ ਲਓ ਨੋਰਮਲ ਪਾਣੀ ਨਹੀਂ ਖੜੂਗਾ ਪਰ ਪਾਣੀ ਮਾਰ ਕੇ ਆਪਾਂ ਕੱਪੜਾ ਨਹੀਂ ਮਾਰਨਾ ਗਿੱਲਾ ਕੱਪੜਾ ਨਹੀਂ ਮਾਰਨਾ ਅੱਛਾ ਉਹ ਗਿੱਲਾ ਕੱਪੜਾ ਕਿਉਂਕਿ ਹਜੇ ਚੰਗੀ ਤਰ੍ਹਾਂ ਹੀਲ ਨਹੀਂ ਹੋਣੀ ਕੋਟਿੰਗ ਉਦੋਂ ਬਾਅਦ ਇਹਨੂੰ ਜਿਹਦੇ ਨਾਲ ਮਰਜ਼ੀ ਧੋ ਲਿਓ ਪਰ ਸ਼ੈਂਪੂ ਵਧੀਆ ਹੋਵੇ ਸ਼ੈਂਪੂ ਵਧੀਆ ਹੋਵੇ ਫਿਰ ਤਾਂ ਗੱਲਬਾਤ ਮਤਲਬ ਠੀਕ ਹੈ ਹੁਣ ਬਈ ਗੱਲਬਾਤ ਐ ਆ ਕੱਲੀਆਂ ਗੱਡੀਆਂ ਕੋਟ ਨਹੀਂ ਕਰਦੇ ਆਪਾਂ ਬੁਲਟ ਵੀ ਕਰ ਦਈਦੇ ਆ ਬੁਲਟ ਵੀ ਕਰ ਦਿੰਦੇ ਆ ਬਾਈਕ ਵੀ ਕਰ ਦਈਦੇ ਜੋ ਵੀ ਮਤਲਬ ਮੇਰੇ ਕੋਲ ਤਾਂ ਮੇਰੇ ਟਰੈਕਟਰ ਵਾਲੇ ਸ਼ੌਂਕੀ ਜਿਹੜੇ ਆ ਟਰੈਕਟਰ ਵੀ ਲੈ ਕੇ ਆਉਂਦੇ ਆ ਹਾਂ ਮੇਰੇ ਪੇਜ ਤੇ ਪਾਈਆਂ ਹੋਈਆਂ ਵੀਡੀਓਜ਼ ਟਰੈਕਟਰ ਦੀਆਂ ਵੀ ਉਹ ਵੀ ਕੋਟਿੰਗ ਕਰ ਦਈਦੇ ਆ ਕਿ ਮਤਲਬ ਜੇ ਕਿਸੇ ਨੇ ਸਵਰਾਜ ਆਪਦਾ ਕਰਾਉਣਾ ਆ ਕਿਸੇ ਨੇ ਜੌਂਡੀਅਰ ਕਰਾਉਣਾ ਆ ਸਭ ਨੂੰ ਹੁੰਦਾ ਵੀ ਟਰੈਕਟਰ ਦਾ ਹੁੱਡ ਐ ਚਮਕੇ ਪੂਰਾ ਘੁੰਮਦਾ ਜੱਟਾ ਕੈਮਰਾ ਇੱਧਰ ਆ ਸਭ ਨੂੰ ਹੁੰਦਾ ਵਾ ਹੁੱਡ ਚਮਕੇ ਪੂਰਾ ਟਰੈਕਟਰ ਦਾ ਕਿ ਕਿਸੇ ਨੇ ਟਰੈਕਟਰ ਕੋਟ ਕਰਾਉਣਾ ਆ ਉਹ ਵੀ ਹੋ ਜੂ ਹਾਂਜੀ ਜੇ ਕਿਸੇ ਨੇ ਬੁਲਟ ਦੀ ਖਾਸ ਕਰਕੇ ਭਰਾ ਕੋਲੇ ਸਰਵਿਸ ਇਹ ਆ ਕਿ ਬੁਲਟ ਕਿਸੇ ਨੇ ਕੋਟ ਕਰਾਉਣਾ ਹਾਂਜੀ ਜਾਂ ਨਵੇਂ ਸਿਰਿਓਂ ਤਿਆਰ ਕਰਾਉਣਾ ਇੰਜਨ ਉੰਜਨ ਸਭ ਕੁਝ ਵਿੱਚ ਕਰਕੇ ਉਹ ਸਾਰਾ ਕੁਝ ਹੋ ਜੂਗਾ ਵਿੱਚੇ ਬਫਿੰਗ ਹੋ ਜੂ ਇੰਜਨ ਦਾ ਓਵਰਆਲ ਕੰਮ ਹੋ ਜੂ ਰੰਗ ਹੋ ਜੂ ਹਾਂਜੀ ਰੰਗ ਕੋਟਿੰਗ ਵੀ ਹੋ ਜੂ ਹੈ ਹਾਂਜੀ ਤੇ ਬਾਕੀ ਮਿੱਤਰੋ ਗੱਲਬਾਤ ਆਏ ਆ ਹੁਣ ਜੇ ਕਿਸੇ ਨੇ ਆਉਣਾ ਬਾਈ ਸਾਡੇ ਕੋਲੇ ਆਉਣ ਕਿੱਥੇ ਐਡਰੈਸ ਆਪਣਾ ਹੈਗਾ ਬਾਗੇ ਪੁਰਾਣੇ ਹਾਂ ਨਿਹਾਲ ਸਿੰਘ ਰੋਡ ਨੀਅਰ ਪੈਟਰੋਲ ਪੰਪ ਹਾਂ ਬਾਗੇ ਪੁਰਾਣੇ ਦੇ ਮੇਨ ਚੌਂਕ ਚੋਂ ਕਿਲੋਮੀਟਰ ਆਪਣੀ ਇੱਧਰ ਨੂੰ ਆ ਗਿਆ ਬਾਈ ਜਿੱਥੇ ਪੈਟਰੋਲ ਪੰਪ ਆ ਗਿਆ ਚੜ੍ਹਦੇ ਪਾਸੇ ਸਾਹਮਣੇ ਆਪਣਾ ਸਟੂਡੀਓ ਆ ਹਾਂ ਉਹਦੇ ਸਾਹਮਣੇ ਬਾਈ ਦਾ ਸਟੂਡੀਓ ਆ ਤੇ ਬਾਈ ਨੇ ਕਿਸੇ ਨੇ ਟਰੈਕਟਰ ਕਰਾਉਣਾ ਆ ਗੱਡੀ ਕਰਾਉਣੀ ਆ ਮੋਟਰਸਾਈਕਲ ਕਰਾਉਣਾ ਆ ਜਾਂ ਕੋਈ ਵੀ ਇਦਾਂ ਦੀ ਚੀਜ਼ ਆ ਜਿੱਥੇ ਕੋਟਿੰਗ ਹੋ ਸਕਦੀ ਬਾਈ ਤਾਂ ਕਰਾਉਣੀ ਆ ਹੋ ਜੂ ਆ ਜਾਓ ਤਾਂ ਕਿ ਮਿੱਤਰੋ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਧੰਨਵਾਦ ਤੇ ਤੁਹਾਡਾ ਬਾਈ ਜੀ ਤੁਹਾਡਾ ਸਮਾਂ ਦੇ ਲਈ ਧੰਨਵਾਦ ਧੰਨਵਾਦ ਗਰਮੀ ਬਹੁਤ ਆ ਗਰਮੀ ਸਾਡੇ ਤਰਨ ਨੇ ਗੱਡੀ ਕੀਤੀ ਸਟਾਰਟ